आवाज सुन रहे अपनी गड्डी कोई चला जाए भोला मंसूर देवा इधर सुखे शूश करा 500 रुपया मेरे को जिते भी साडा वीर सुखा शू हेलो जल्दी के नाल दोनों टीम आपो अपनी साइडा लैन गए इधर बूटा उमरिया के गुरचरण सरेर जी माथो मिठी आवाज के मालिक है साढ़े बड़े रिस्पैक्टड ने बड़े सत्कारयोग ने अगले बोलों के लिए तुहाडे नाल रूबरू होणगे कबड्डी दे लई अगले मुकाबले दीआं दोनों टीमां बिना किसी देरी दे खेड ग्राउंड दे विच पुजण दी कृपालता करन बेनती है भी जल्दी दे नाल दोनों टीमां खेड ग्राउंड दे विच पुजण गुरचरण सरेर ते बूटा उमरिया बाबा बाबा रोडू दास कबड्डी क्लब चौंकी ते नाल मुकाबला संत बाबा केर सिंह दी कबड्डी क्लब जनेर इन्हां टीमां दे दरमियान खेडिया जाऊगा कोई वीर जनरेटर ना पंगे लै रहा जी ते साउंड चलदा है कृपा करके छेड़खानियां ना करो दोवां टीमां दे दरमियान कबड्डी दा टॉप दा मुकाबला है हेलो जी लैंडर साहब 500 रुपया भी मेरे दोनों रेफरियां देता सुख लैंडर जलालाबाद ते पुलविंदर मान कनेडियन वालों 500 रुपया दोहां रेफरियां दे देता गया उधरले बंदे कबड्डी दे करार दे तक्कांगे मेरे वीर लखा पढ़ाने वाला कहिंदे कनेडा दे बर्मिंगटन शहर तो सिद्धियां जिहड़ियां तारा 365 कबड्डी .com ते जोड़ियां है ਕਹਿੰਦੇ ਵੀ ਗਗੜੇ ਵਾਲੇ ਬਿੱਲ ਦੀ ਟੀਮ ਅੱਜ ਕਿਸ਼ਨਪੁਰੇ ਦੇ ਕਬੱਡੀ ਕੱਪ ਦੇ ਫਸ ਲੈਂਦੀ ਆ ਨਾ 5000 ਰੁਪਿਆ ਲਖੇ ਪੜਾਣੇ ਦੇ ਵੱਲੋਂ ਦਿੱਤਾ ਜਾਊਗਾ ਉਧਰਲੇ ਬੰਨੇ ਅਵਤਾਰ ਬਰਾੜ ਜੀ ਹਾਂਗਕਾਂਗ ਵਾਲੇ ਉਹ ਵੀ ਵੱਡੀ ਮੁਬਾਰਕਬਾਦ ਦੇ ਰਹੇ ਹੈ ਅੱਜ ਦੇ ਇਸ ਕਬੱਡੀ ਦੇ ਖੇਡ ਮੇਲੇ ਲਈ ਸਮੁੱਚੀ ਕਿਸ਼ਨਪੁਰੇ ਦੀ ਪ੍ਰਬੰਧ ਕਮੇਟੀ ਨੂੰ ਸਾਰੇ NRI ਵੀਰਾਂ ਨੂੰ ਤੇ ਸਾਰੇ ਨਗਰ ਨੂੰ ਲਓ ਮੁਕਾਬਲਾ ਇੱਕ ਬੰਨੇ ਸੰਤ ਬਾਬਾ ਕੇਰ ਸਿੰਘ ਜੀ ਕਬੱਡੀ ਕਲੱਬ ਜਨੇਰ ਤੇ ਦੂਸਰੇ ਬੰਨੇ ਆਪਾਂ ਟੱਕਾਂਗੇ ਬਾਬਾ ਰੋਡੂ ਦਾਸ ਕਬੱਡੀ ਕਲੱਬ ਕਾਂਗਿਆਂ ਦੀ ਟੀਮ ਦੇ ਦਰਮਿਆਨ ਬੜਾ ਟਾਪ ਦਾ ਮੁਕਾਬਲਾ ਹੋਊਗਾ ਲੈ ਵੀ ਸਨੇਰਾ ਵਾਲਿਆ ਛੇੜ ਕਹਾਣੀ ਮਾ ਖੇਡ ਕਬੱਡੀ ਦੀ ਜਨੇਰਾ ਦੀ ਟੀਮ ਪਿੰਡ ਵਾਲੇ ਪਾਸੇ ਹੈ ਤੇ ਦੂਸਰੇ ਬੰਨੇ ਟੀਮ ਜਿਹੜੀ ਕਾਂਗਿਆਂ ਦੀ ਹੈ ਮਾਈਕ ਤੇ ਗੁਰਚਰਨ ਸਨੇਰ ਲਓ ਮੈਚ ਸ਼ੁਰੂ ਹੋਣ ਜਾ ਰਿਹਾ ਔਰ ਪਹਿਲੇ ਨੰਬਰ ਦੇ ਉੱਤੇ ਜਿਹੜਾ ਪਹਿਲਾ ਨੰਬਰ ਲੈਂਦੀ ਨੇ ਟੀਮ ਬਲਜੀਤ ਸਿੰਘ ਜੀ USA ਇੰਦੂ ਰੇਸਰ ਜੀ ਸਾਡੇ ਦਾਨੋਵਾਲ ਵਾਲੇ ਕਹਿੰਦੇ ਆ 100 ਰੁਪਏ ਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਲਓ ਜੱਜ ਪਹਿਲੀ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਔਰ ਦੂਸਰੇ ਪਾਸੇ ਉਹਦੇ ਚਾਰ ਜਾਫੀ ਹੈ ਚਾਰ ਜਾਫੀਆਂ ਦੇ ਵਿੱਚੋਂ ਦੇਖਾਂਗੇ ਜਲਾਲਾਬਾਦ ਦੀ ਧਰਤੀ ਦਾ ਸ਼ੰਦੂ ਸਿੱਖ ਸਰਦਾਰ ਹੈ ਨਾਲ ਦੇਖੋ ਸਾਹਮਣੇ ਚਾਰ ਜਾਫੀ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਲਓ ਦੇਖੋ ਸਾਹਮਣੇ ਪਾਈ ਹੋਈ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਵੀਰ ਜੀ ਅਨਾਉਂਸਰ ਮੇਰੇ ਵੀਰ ਨੂੰ 200 ਰੁਪਇਆ ਸੁੱਖ ਲੈਣ ਨਾਲ ਜਲਾਲਾਬਾਦ ਵਾਲੇ ਅਨਾਉਂਸਰ ਨੂੰ ਮੇਰੇ ਵੀਰ ਨੂੰ 200 ਰੁਪਇਆ ਸੁੱਖ ਲੈਣ ਨਾਲ ਜਲਾਲਾਬਾਦ ਤੇ ਪਲਵਿੰਦਰ ਮਾਨ ਕੈਨੇਡੀਅਨ ਉਧਰਲੇ ਬੰਨੇ ਪਲਵਿੰਦਰ ਮਾਨ ਜੀ ਅਤੇ ਸੁੱਖ ਸਾਡੇ ਲੈਣ ਨਾਲ ਜਲਾਲਾਬਾਦ ਵਾਲੇ ਆ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਇਹ ਸੇਖੋ ਪਰਿਵਾਰ ਦਾ ਮਨਜਿੰਦਰ ਮੋਟਾ ਕੌਂਕਿਆਂ ਵਾਲਾ ਕਹਿੰਦੇ ਲਾ ਜੱਫਾ ਆਪਣੀ ਟੀਮ ਦੇ ਸੇ ਬੜਾ ਤਗੜਾ ਪੁਆਇੰਟ ਜੋੜਦਾ ਹੈ ਬਲਜੀਤ ਸਿੱਧੂ ਜੀ ਦੇ ਨਾਲ ਸਾਡਾ ਜਿੰਦੂ ਰੇਸਰ USA ਵਾਲਾ ਉਹਨਾਂ ਨੇ ਵੀ ਬਹੁਤ ਵੱਡੇ ਮਾਨ ਸਨਮਾਨ ਪੇਦੇ ਕੀਤੇ ਹੈ ਬਹੁਤ ਬਹੁਤ ਧੰਨਵਾਦ ਹੈ ਅੱਜ ਕਹਿੰਦੇ ਕਿਸ਼ਨਪੁਰੇ ਦੀ ਧਰਤੀ ਹੈ ਉਧਰਲੇ ਬੰਨੇ ਜਲਾਲਾਬਾਦ ਦਾ ਕਹਿੰਦੇ ਸਿੰਧੂ ਕਬੱਡੀ ਦਾ ਐਨਾ ਕੌਂਡਾ ਹੈ ਤੇ ਨਾਲ ਆਹ ਦੇਖੋ ਵੀ ਜਨੇਰ ਦੇ ਕਹਿੰਦੇ ਦੁਨੀਆ ਦੇ ਮਹਾਨ ਕਬੱਡੀ ਖੇਡ ਦੀ ਗੱਲ ਹੋਈ ਹੈ ਪਿੰਦਰ ਨੇ ਕਬੱਡੀ ਬਹੁਤ ਤਕੜੀ ਖੇਡੀ ਹੈ ਤੇ ਨਾਲ ਕਹਿੰਦੇ ਸੋਨੂ ਉਹਦਾ ਪੁੱਤਰ ਕਬੱਡੀ ਪੰਡ ਲਈ ਵਾਧਾ ਆਇਆ ਹੈ ਲੈ ਵੀ ਸਨੇਰਾ ਵਾਲਿਆ ਇਸ ਤੋਂ ਅਗਲਾ ਮੁਕਾਬਲਾ ਚਨੇਰ ਤੇ ਡੋਰ ਦੀ ਟੀਮ ਦੇ ਦਰਮਿਆਨ ਹੈ ਟਾਲਾ ਸੰਘਿਆ ਦੇ ਬਾਦਰ ਨੇ ਖੇਡਣਾ ਹੈ ਮੇਰਾ ਵੀਰ ਟੀਮਾਂ ਤਿਆਰੀ ਰੱਖਣ ਰਜਿੰਦਰ ਸਿੰਘ ਹੈਪੀ ਮਾਨ ਕੈਨੇਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਜੀ ਆਇਆਂ ਨੂੰ ਧੰਨਵਾਦ ਉਹਨਾਂ ਦਾ ਇੱਥੇ ਪਹੁੰਚੇ ਨੇ ਸਾਡੇ ਕੋਲੇ ਰਜਿੰਦਰ ਸਿੰਘ ਮਾਨ ਹੈਪੀ ਕੈਨੇਡੀਅਨ ਲਓ ਉਧਰ ਸਾਹਮਣੇ ਕਬੱਡੀ ਦੇ ਮੈਦਾਨ ਦੇ ਵਿੱਚ ਕਲਬੀਰ ਸਿੰਘ ਦਾ ਪਿੰਡ ਛਪਾਰ ਹੈ ਆਓ ਦੇਖੋ ਸਾਹਮਣੇ ਛਪਾਰ ਵਾਲਾ ਮੁੰਡਾ ਲਾ ਕੇ ਜੱਫਾ ਆਪਣੀ ਟੀਮ ਦੇ ਸੇ ਕਲਬੀਰ ਨੰਬਰ ਜੋੜਦਾ ਹੋਇਆ ਆ ਵੀ ਨੌਜਵਾਨਾਂ ਜੱਜ ਪਾ ਕਬੱਡੀ ਲਓ ਖੇਡ ਦੇ ਮੈਦਾਨ ਵਿੱਚ ਦੇਖਾਂਗੇ ਨੌਜਵਾਨ ਸੋਹਣੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ
गगनदीप सिंह राजवाल कबड्डी पा रहा है उधर जज मंडिया वाला पुड़िया है और कीपा कहते कंगनवाल की धरती का भी इस टीम का रेडर है बुट आ सामने देखो गगनदीप पैंती हुई बड़े जिसे बड़े बड़े हो भलवान वे ताही मखरी पंजाबियों की शान वे पाते भंगड़ा ते करते ने जोर मित्रो है नी रंगले पंजाब या कोई होर मित्रो है नी रंगले पंजाब या कोई होर मित्रो इधर सामने जीते की कबड्डी है और गल करो ਉਟਾ ਇਸ ਨੌਜਵਾਨ ਗੱਭਰੂ ਦੀ ਪਾਈ ਅਮਨ ਦੀ ਕਬੱਡੀ ਦੇ ਉੱਤੇ ਲਾ ਉਧਰ ਬੰਨੇ ਜਨੇਰ ਵਾਲੇ ਦੀ ਪਾਈ ਕਬੱਡੀ ਲਈ ਵਾਪਰ ਵਾਲਾ ਹੈ ਥੋੜੀ ਗੱਬਾ ਦੀ ਬਾਜ ਜ਼ਰੂਰ ਖੋਲੀਏ ਸਾਣ ਦੀ ਲਾ ਕਬੱਡੀ ਦੇ ਗ੍ਰਾਂਡ ਦੀ ਕਬੰਨੇ ਨੌਜਵਾਨ ਕਲਵੀਰਾ ਕਹਿੰਦੇ ਛਪਾਰ ਵਾਲਾ ਪੁੱਜਾ ਹੈ ਇਸ ਟੀਮ ਦਾ ਵੱਡਾ ਹਿੱਸਾ ਬਣ ਕੇ ਲਾ ਨਾਲ ਕਹਿੰਦੇ ਕਾਂਗਿਆ ਵਾਲਾ ਸਲੀਮ ਮੋਟੇ ਦੇ ਚਰਚੇ ਪੂਰੀ ਦੁਨੀਆ ਦੇ ਉੱਤੇ ਹੋਏ ਹੈ ਚੱਲ ਨੀ ਨਸੀਬੋ ਮੇਲਾ ਲੱਗਿਆ ਛਪਾਰ ਦਾ ਮਿੰਨੀ ਵਾਲਾ ਭਾਈ ਦੇ ਖਵਾਜਾ ਤੇ ਮਾਰਦਾ ਬਲਜਿੰਦਰ ਅੱਗੇ सरदार कृपाल सिंह जी यूएसए तो साढ़े नाल जुड़े हुए हैं एंडे जिन्ने जत्थे लाउणगे मुंडे उन्ने बड़े मान सन्मान किते जाणगे कौकिया वाले उन्ने मान सन्मान किते जाणगे रंगवाल पिंड वाले लो सामने सिरे दी खेड खेडी जा रही है कबड्डी दे मैदान विच जज मंडियां वाला कबड्डी पा रहा है गुरमीत दा पिंड है दूसरे पासे जलालाबाद दी शिंदे आओ देखो सामने कबड्डी दे मैदान दे विच है इस गबरू दे उत्ते ट्राई करदा होया है पर सफलता ਭਾਗੀ ਦੇ ਕਦਮ ਚੁੰਮ ਗਈ ਹੈ ਜੀਤਾ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਕਹਿੰਦੇ ਸਲਾਮੋ ਔਰ ਦੇਖੋ ਸਾਹਮਣੇ ਸਲੀਮ ਹੈ ਕੌਕਿਆਂ ਦਾ ਮੋਟਾ ਨਾਲ ਕਬਲ ਕਲਵੀਰਾ ਛਪਾਰ ਦੀ ਧਰਤੀ ਦਾ ਹੈ ਬਹੁਤ ਸਾਹਮਣੇ ਪ੍ਰਜੀਤਾ ਪਲੇਟਿੰਗ ਦੇਸੇ ਬਹੁਤ ਤਕੜਾ ਨੰਬਰ ਜੋੜਦਾ ਹੋਇਆ ਆ ਵੀ ਰਾਜਵਾਨਾ ਪਾ ਕਬੱਡੀ ਤੇ ਬੂਟਾ ਉਮਰੀ ਵਾਲਾ ਆ ਮੁੰਡੇ ਦੀ ਗੱਲ ਕਰੋ ਕਬੱਡੀ ਦੇ ਵਿਧਾਨ ਦੇ ਵਿੱਚ ਉਧਰ ਜਿੰਨੇ ਐਨ ਆਰ ਆਈ ਵੀਰ ਸਾਡੇ ਜਿਨ੍ਹਾਂ ਨੇ ਇੱਕ ਰੁਪਈਏ ਤੋਂ ਲੈ ਕੇ ਲੱਖਾਂ ਰੁਪਈਆ ਕਿਸ਼ਨਪੁਰ ਦੇ ਲਵਜੀਤ ਸਿੰਘ ਜੀ ਬਲਜੀਤ ਸਿੰਘ ਜੀ ਯੂਐਸਏ ਵਾਲੇ ਆ ਮੁੰਡੇ ਜੇਕਰ ਗਿਆਨੀ ਜੱਫਾ ਲਾਉਂਦਾ ਜਾਂ ਫਿਰ ਆ ਮੁੰਡਾ ਜੱਫਾ ਲਾਉਂਦਾ ਤੇ ਬੜੇ ਮਾਨ ਸਨਮਾਨ ਹੋ ਜਾਣਗੇ ਕਮੈਂਟੇਟਰ ਨੂੰ 100 ਰੁਪਈਆ ਸੌਖੋ ਲੈਣਾ ਜਲਾਲਾਬਾਦ ਤੇ ਪ੍ਰਵਿੰਦਰ ਮਾਨ ਕੈਨੇਡੀਅਨ ਕਮੈਂਟੇਟਰ ਸਰਦਾਰ ਜੀ 100 ਰੁਪਈਆ 100 ਰੁਪਈਆ ਸੌਖੋ ਲੈਣਾ ਜਲਾਲਾਬਾਦ ਤੇ 100 ਰੁਪਈਆ ਪ੍ਰਵਿੰਦਰ ਮਾਨ ਕੈਨੇਡੀਅਨ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਉਧਰ ਕੈਨੇਡਾ ਵਾਲੇ ਜਿੰਨੇ ਫੈਮਿਲੀ ਸਾਡੇ ਸੱਜਣ ਪੁੱਜੇ ਆ ਵੱਡੇ ਮਾਨ ਸਨਮਾਨ ਸੱਜੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਔਰ ਲੰਬੀ ਆਮਰਾ ਬਖਸ਼ੇ ਨਾ ਭਰਾਵਾਂ ਨੂੰ ਇਹਦੇ ਕਹਿੰਦੇ ਵੀ ਕਮਾਈਆਂ ਕਰਕੇ ਲਾਉਂਦੇ ਆ ਫਿਰ ਪੰਜਾਬ ਦੇ ਵਿੱਚ ਆ ਕੇ ਕਬੱਡੀ ਦੇ ਕੱਪ ਕਰਵਾਉਂਦੇ ਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਨਾ ਭਰਾਵਾਂ ਨੂੰ ਤੇ ਇੱਧਰ ਜੱਜ ਅਗਲੀ ਉਡਾਨ ਭਰਦਾ ਆ ਕਬੱਡੀ ਦੇ ਮੈਦਾਨ ਵਿੱਚ ਮੈਂ ਕਿਹਾ ਤੇ ਯਾਰ ਬੋਟਾ ਇਸ ਮੁੰਡੇ ਦੀ ਗੱਲ ਕਰੋ ਜੀ ਪਾਈ ਹੋਈ ਕਬੱਡੀ ਨਾਲ ਜੁੜੀ ਹੈ ਕਬੱਡੀ ਦੇ ਗ੍ਰਾਂਡ ਦੇ ਤਾਰੇ ਜਾਫੀ ਕਹਿੰਦੇ ਤਾਰ ਦੀਪਾ ਨਾਲ ਕਹਿੰਦੇ ਗੱਭਰੂ ਜਲਾਲਾਬਾਦ ਦਾ ਹੈ ਉਧਰਲੇ ਬੰਨੇ ਪ੍ਰਵਿੰਦਰ ਸਿੰਘ ਦੀ ਮਾਨ ਹੈਪਾ ਮਾਨ ਤੇ ਨਾਲ ਸਾਡਾ ਸੇਮਾ ਮਾਨ ਕੈਨੇਡਾ ਤੋਂ ਉੱਚੇ ਤੌਰ ਤੇ ਪੁੱਜੇ ਹੋਏ ਆ ਐਨ ਆਨੰਦ ਮਾਣਦੇ ਬਾਅਦ ਫਿਰ ਕਬੱਡੀ ਦਾ ਕਿਉਂਕਿ ਉਹਨਾਂ ਨੂੰ ਉੱਚੇ ਤੌਰ ਤੇ ਅੱਜ ਆਪਣੀ ਜੰਮਲ ਕੋਏ ਤੇ ਬੁਲਾਇਆ ਗਿਆ ਹੈ ਤੇ ਜਿੱਥੇ ਕਬੱਡੀ ਦੇ ਮੈਚਾਂ ਦਾ ਐਨ ਪਿਆਰ ਸਤਿਕਾਰ ਨਾਲ ਸਾਡੇ ਮਾਹੌਲ ਆਨੰਦ ਮਾਣਦੇ ਆ ਬਹੁਤ ਬਹੁਤ ਧੰਨਵਾਦ ਹੈ ਅਮਨ ਕਬੱਡੀ ਪਾਉਣਾ ਹੋਇਆ ਇਸ ਤੋਂ ਅਗਲੇ ਮੈਚ ਦੀਆਂ ਟੀਮਾਂ ਗਰਾਊਂਡ ਤੋਂ ਬਾਹਰ ਹੀ ਆਪਣੀ ਤਿਆਰੀ ਰੱਖਣਗੇ ਹਲੋ ਮੇਰੇ ਵੀਰੋ ਕਮੈਂਟੇਟਰ ਜੀ ਮੇਰੇ ਵੀਰ ਨੂੰ 200 ਰੁਪਈਆ ਸੌਖਮਾ ਸੌਖ ਲੈਂਡਲਾਰਡ ਤੇ ਪਲਵਿੰਦਰ ਮਾਰ ਕੈਨੇਡੀਅਨ ਉਹਨੂੰ ਦਿੰਦੇ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੈ ਜੀ ਸੁਖ ਮਾਨ ਦਾ ਤੇ ਨਾਲ ਪਲਵਿੰਦਰ ਮਾਨ ਜੀ ਹੈ ਪਰ ਸਿਰਫ ਮਾਨ ਵੀ ਬੈਠੇ ਹੈ ਬਹੁਤ ਬਹੁਤ ਧੰਨਵਾਦ ਹੈ ਤਾਰਾ ਨੰਬਰਦਾਰ ਜੀ ਕਹਿੰਦੇ ਜੱਫਿਆਂ ਦੇ ਨਾਲ ਨੋਟਾਂ ਦਾ ਮੀਂਹ ਵਰੂਗਾ ਪਲਵਿੰਦਰ ਮਾਨ ਤੇ ਬਾਈ ਪਰਸੇਮ ਮਾਨ ਦੇ ਵੱਲੋਂ ਪਾਇਆ ਦੇ ਗੱਫੇ ਦਿੱਤੇ ਜਾਣਗੇ ਲੈ ਵੀ ਸੀਰ ਕਿਹੜੀ ਟੀਮ ਜਿੱਤ ਰਹੀ ਹੈ 10 ਨੌਜਵਾਨਾਂ ਇਸ ਮੈਚ ਦੇ ਵਿੱਚ ਬਾਬਾ ਰੋਟੋ ਦਾਸ ਕਬੱਡੀ ਕਲੱਬ ਦੀ ਟੀਮ ਜਿੱਤ ਰਹੀ ਹੈ ਡਾਕਟਰ ਬਰਿੰਦਰਪਾਲ ਸਿੰਘ ਜੀ ਮੱਖਣ ਤੇ 77 ਨੇ ਪੰਜਾਬ ਕਾਂਗਰਸ ਦੇ ਨਾਂ ਸਰਦਾਰ ਜਸਮਤ ਸਿੰਘ ਜੀ ਮੱਤਾ ਸਰਪੰਚ ਰੂਬਲ ਆਰਤੀਆ ਤੇ ਨਾਲ ਪ੍ਰਵਿੰਦਰ ਸਿੰਘ ਜੀ ਮਾਨ ਕੈਨੇਡਾ ਪਰਸੇਮ ਮਾਨ ਕੈਨੇਡਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਬੈਠੇ ਆਨੰਦ ਮਾਣਦੇ ਤੇ ਜ਼ਿੰਮੇਵਾਰੀਆਂ ਨਿਭਾ ਰਹੇ ਹੈ ਲੋ ਮੈਚ ਸ਼ੁਰੂ ਹੋ ਰਿਹਾ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਦੋ ਟੀਮਾਂ ਦੇ ਦਰਮਿਆਨ ਵੱਡੀਆਂ ਰੌਣਕਾਂ ਸੱਚੇ ਪਾਤਸ਼ਾਹ ਜ਼ਰੂਰ ਹੈ ਕੱਲ ਦਾ ਦਿਨ ਬਾਬਾ ਫਰੀਦ ਦੀ ਧਰਤੀ ਫਰੀਦਕੋਟ ਸ਼ਹਿਰ ਦੇ ਵਿੱਚ ਰੌਣਕਾਂ ਲੱਗਣ ਗਿਆ ਲੋ ਮੈਚ ਦੋ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ ਦੋ ਟੀਮਾਂ ਦੇ
ਮੈਡਮ ਮਰਕਾ
ਨਾਲ ਜੰਦੂ ਰੇਸਰ ਜੈਸਾ ਆ ਮੇਜਰ ਮਿਰਗ ਮੇਰੇ ਵੀਰੋ ਫੇਰ ਬਣਾ ਵਿੱਚ ਲਾ ਜਾ ਰੁਪਿਆ ਰਾਜੂ ਤੇ ਕੁਲਵਿੰਦਰ ਮਾਨ ਤੇ 100 ਰੁਪਿਆ ਹੈਪੀ ਮਾਨ ਕੈਨੇਡੀਅਨ ਨੂੰ ਤੁਸੀਂ ਸਾਰੇ ਕੁਲਵਿੰਦਰ ਦੇ ਰਾਜੂ ਮਾਨ ਕੈਨੇਡੀਅਨ ਤੇ ਹੈਪੀ ਮਾਨ ਕੈਨੇਡੀਅਨ ਸਟਾਫਰ ਨੂੰ 100-100 ਰੁਪਿਆ ਦਿੰਦੇ ਆ ਅੰਦਰ ਬੜੇ ਮਾਨ ਸਟੇਜ ਤੇ ਸਾਡੇ ਪਾਸੇ ਵੀ ਹੈ ਤੇ ਸੁੱਖ ਲੈ ਲਾ ਰਹੇ ਨੇ 200 ਅਦਰ ਸੁਖ ਜੀ ਸਾਡੇ ਲੈਂਡਲਾਰਡ ਸਾਹਿਬ ਜਿੰਨੇ ਰਬਰਪੂ ਸਿੰਘ ਦਾ ਸਾਡੇ ਭਰਾ ਬੈਠੇ ਸਟੇਜ ਉੱਤੇ ਇਹ ਵੱਡਾ ਮਾਣ ਸਨਮਾਨ ਹੈਪੀ ਮਾਨ ਰਾਜੂ ਮਾਨ ਵੱਲੋਂ 100-100 ਰੁਪਈਏ ਦੋਹਾਂ ਵੱਲੋਂ ਜੇ ਰੱਖ ਲੋਗਾ ਠੀਕ ਹੈ ਜੀ ਅਗਰ ਦੋਸਤ ਰਾਜੂ ਮਾਨ ਹੈ ਇਹ ਉਹਨਾਂ ਦਾ ਅਸ਼ੋ ਦਿਲਵਰ ਧਨੂਰ ਦਾ ਬੇਟਾ ਪਰ ਜੱਫਾ ਨਹੀਂ ਲੈ ਸਕਿਆ ਤਾਂ ਕਬੱਡੀ ਦੇ ਮੈਦਾਨ ਵਿੱਚ ਭੜੀ ਬਰਾਚਾ ਵਾਲਾ ਲਓ ਸਭ ਨੇ ਕਬੱਡੀ ਪੈਂਦੀ ਹੈ ਲਓ ਚਾਰ ਜਾਫੀ ਹੈ ਕਬੱਡੀ ਦੇ ਮੈਦਾਨ ਦੇ ਵਿੱਚ ਇਹ ਸੂਰਮਾ ਕਦੇ ਨਹੀਂ ਸਹਿ ਸਕਦਾ ਬਈ ਡਰਤੇ ਬੜੀਆਂ ਹਾਰਾਂ ਨੇ ਜਿੱਦਾਂ ਯਾਰੀ ਪਰਖਦਾ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਜਿੱਦਾਂ ਯਾਰੀ ਪਰਖਦਾ ਸੋਨੇ ਨੂੰ ਤੇ ਸਮਾਂ ਪਰਖਦਾ ਯਾਰਾਂ ਨੂੰ ਮੈਚ ਸਮਾਪਤ ਹੈ ਇਹਦੇ ਵਿੱਚੋਂ ਝੜੇ ਜੀ ਨੂੰ ਮੋਣਾ ਬਾਈ ਸੰਦੀਪ ਬਾਈ ਤੇ ਗੁਰਜੀਤ ਫੱਕਾ ਸ਼ੈਟਲ ਯੂਐਸਏ ਵੱਲੋਂ ਬਾਈ ਧਨੇਰ ਦੀ ਟੀਮ ਜੋ ਤੁਰ ਰਹੀ ਹੈ ਲਿਖ ਲਓ ਜੀ ਇੱਥੇ ਪ੍ਰਬੰਧ ਕਮੇਟੀ ਦੇ ਅਹੁਦੇਦਾਰ ਵੀਰ ਹੈ ਧਨੇਰ ਜੋ ਤੁਰ ਰਿਹਾ ਅਗਲਾ ਮੈਚ ਕਾਲੇ ਸੰਘਿਆਂ ਦੀ ਟੀਮ ਕਹਿੰਦੇ ਦਾਗਰ ਨਾ ਖੇਡੂਗੀ ਨਾਲ ਹੀ ਮੇਰੀ ਬੇਨਤੀ ਹੈ ਪੰਡਿਆਲਾ ਤੇ ਜਲਾਲਾਬਾਦ ਪੰਡਿਆਲਾ ਤੇ ਜਲਾਲਾਬਾਦ ਕਬੱਡੀ 75 ਕਿਲੋ ਦਾ ਮੈਚ ਹੋਊਗਾ ਫਿਰ ਕਿਸ਼ਨਪੁਰਾ ਕਲਾਂ ਦੇ ਕਾਲੇ ਸਿੰਘਾਂ ਦੀ ਟੀਮ ਖੇਡੂਗੀ ਕਿਉਂਕਿ ਸੀਰ ਇਹ ਤਾਂ ਮੈਚ ਪਿੱਛੇ ਕੀਤਾ ਮੈਨੂੰ ਲੱਗਦਾ ਹੈ ਵੀ ਜਿਹੜੇ ਮੁੰਡੇ ਨੇ ਕਾਲੇ ਸਿੰਘਾਂ ਦੇ ਇਹਦੇ ਵਿੱਚ ਵੀ ਖੇਡਣਾ ਹੈ ਤੇ 75 ਚ ਵੀ ਖੇਡਣਾ ਹੈ ਇਸ ਲਈ ਅਸੀਂ ਪਹਿਲਾ ਮੈਚ ਕਰਤਾ ਹੈ ਪੰਡਿਆਲਾ ਤੇ ਜਲਾਲਾਬਾਦ ਇਹ ਟੀਮਾਂ ਖੇਡਣਗੀਆਂ ਤਿਆਰੀ ਰੱਖਣਾ ਨਾਲ ਹੀ ਗਰਾਊਂਡ ਦੇ ਪੱਜਣ ਕਿਰਪਾ ਕਰਕੇ ਪੰਡਿਆਲਾ ਵਰਸਸ ਜਲਾਲਾਬਾਦ ਆਓ ਜੀ ਦੋਨੋਂ ਟੀਮਾਂ ਜਲਦੀ ਮੈਚ ਸ਼ੁਰੂ ਕਰੀਏ ਬਿੱਲਿਆ ਗੱਲ ਬਣਿਆ ਮਾਰ ਪਾਈ ਵਿਸ਼ੇ ਤੇ ਮੈਚ ਸ਼ੁਰੂ ਕਰਾ ਦਈਏ ਹੁਣ ਦੋ ਟੀਮਾਂ ਕਬੱਡੀ ਦੇ ਮੈਦਾਨ ਦੇ ਵਿੱਚ ਅੰਮ੍ਰਿਤ ਸਿੰਘ ਨੇ ਮੇਜਰਾ ਲੱਖੀ ਨਾਜਮਾਨ ਦਾ ਜੋ ਫੈਸਲਾ ਤੁਹਾਡੇ ਹੱਕ ਦੇ ਵਿੱਚ ਹੈ ਪਰ ਮੈਚ ਸ਼ੁਰੂ ਕਰੀਏ ਆਪਾਂ ਕਾਲੇ ਸਿੰਘਾਂ ਦੀ ਟੀਮ ਵੀ ਉੱਟਾ ਗਰਾਊਂਡ ਤੇ ਆ ਗਈ ਤੇ ਕ੍ਰਿਸ਼ਨਪੁਰੀ ਨੂੰ ਬੁਲਾ ਰਹੀ ਹੈ ਸੈਮੀਫਾਈਨਲ ਮੈਚ ਦੇ ਲਈ ਟੀਮਾਂ ਉਹ ਵੀ ਜਲਦੀ ਪੁੱਜਣਗੀਆਂ ਕਾਲਾ ਸਿੰਘਾਂ ਤੇ ਦਾਦਰ ਦੋਵੇਂ ਟੀਮਾਂ ਪਾਸੇ ਮਾਲਣ ਕਾਲਾ ਸਿੰਘਾਂ ਤੇ ਦਾਦਰ ਦੀ ਟੀਮ ਹੈ ਬਹੁਤ ਵਧੀਆ ਕਬੱਡੀ ਦਾ ਮੁਕਾਬਲਾ ਖੇਡਿਆ ਜਾਊਗਾ ਕਾਲਾ ਸਿੰਘਾਂ ਵਰਸੇ ਦਾਦਰ ਯਾਰ ਦੋਨੋਂ ਟੀਮਾਂ ਪਾਸ ਕਿਉਂ ਨਹੀਂ ਲੈਂਦੀਆਂ ਕਿ ਕਾਲਾ ਸਿੰਘਾਂ ਵਾਲੇ ਕੋਈ ਦਾਦਰ ਵਾਲੇ ਪਾਸ ਕਰੋ ਤੇ ਮੈਚ ਸ਼ੁਰੂ ਕਰੀਏ ਆਪਾਂ ਆਦਰ ਸਾਡੇ ਐਨਆਰਏ ਭਾ ਕਬੱਡੀ 365 ਉੱਤੇ ਜੁੜੇ ਹੋਏ ਆ ਆਪਾਂ ਸਾਰੇ ਵੀਰਾਂ ਦਾ ਦਿਲੋਂ ਸਤਿਕਾਰ ਕਰਾਂਗੇ ਕੁਝ ਸਾਡੇ ਭਰਾ ਪੁੱਜੇ ਤੇ ਕੁਝ ਅਜੇ ਨਹੀਂ ਆਏ ਅਗਲੇ ਸਾਲ ਪੁੱਜਣਗੇ ਦਰਸ਼ਕ ਵੀਰਾਂ ਦਾ ਉੱਥੇ ਧੰਨਵਾਦ ਹੈ ਤਾਂ ਮੈਚ ਸ਼ੁਰੂ ਹੋ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ ਨਾ ਦਾਦਰ ਦੀ ਟੀਮ ਤੇ ਕਬੱਡੀ ਦੇ ਗਰਾਊਂਡ ਦੇ ਵਿੱਚ ਕਾਲੇ ਸਿੰਘਿਆਂ ਦੀ ਟੀਮ ਕਾਲੇ ਸਿੰਘਿਆਂ ਦੀ ਟੀਮ ਜਿਹੜੀ ਆਪਾਂ ਤੱਕਦੇ ਹਾਂ ਕਬੱਡੀ ਦੇ ਗਰਾਊਂਡ ਦੇ ਵਿੱਚ ਕਾਲੀ ਰੇਂਗ ਵਾਲੇ ਵੀ ਪੁੱਜੇ ਆ ਪਰ ਕੁਝ ਮਜਬੂਰੀਆਂ ਲਾ ਇੱਕ ਬੰਨੇ ਟੀਮ ਜਿਹੜੀ ਦਾਦਰ ਦੀ ਪਿੰਡ ਵਾਲੇ ਪਾਸੇ ਅਰਜੀਤ ਸਿੰਘ ਜੀ ਸ਼ਾਹ ਤੱਕ ਲੋ ਮਾਟਰ ਹਰਜੀਤ ਸਿੰਘ ਜੀ ਸਾਡੇ ਬੈਠੇ ਨੰਦ ਮਾਨਦੇ ਆ ਬਹੁਤ ਬਹੁਤ ਧੰਨਵਾਦ ਆ ਤੇ ਉਧਰਲੇ ਬੰਨੇ ਟੀਮ ਹੈ ਕਾਲੇ ਸਿੰਘਿਆਂ ਦੀ ਕਾਲਾ ਸਿੰਘ ਬੁੱਢਾ ਜੀ ਅੱਧਲੇ ਪਾਸੇ ਆ ਗਈ ਹੈ ਪਾਸਾ ਚੇਂਜ ਹੋ ਗਿਆ ਕਿਉਂਕਿ ਟਾਸ ਜਿੱਤੀ ਹੈ ਤੇ ਪਾਸਾ ਕਹਿੰਦੇ ਕਾਲੇ ਸਿੰਘਿਆਂ ਦੀ ਟੀਮ ਹੈ ਪਿੰਡ ਵਾਲੇ ਪਾਸੇ ਤੇ ਦੂਸਰੇ ਬੰਨੇ ਟੱਟੋ ਦਾਦਰ ਦੀ ਟੀਮ ਅਗਰ ਸਾਹਮਣੇ ਪਹਿਲੀ ਕਬੱਡੀ ਕਹਿੰਦੇ ਦੁਆਬੇ ਦੇ ਨੌਜਵਾਨ ਦੇ ਭੱਜਦੀ ਖੇਡ ਦੇ ਰੰਗ ਵਿੱਚ ਹੈ ਅਗਰ ਸਾਹਮਣੇ ਟੱਕਾ ਗਿਆ ਤਾਂ ਨੌਜਵਾਨ ਦਾ ਸ਼ਾਤਮਾ ਜਾਂ ਸਰੀਰ ਹੈ ਪਰ ਦੂਸਰੇ ਪਾਸੇ ਦੇ ਲੋ ਕਬੱਡੀ ਦੇ ਮੈਦਾਨ ਵਿੱਚ ਹਾਂਜੀ ਜਿਹੜੀਆਂ ਸਾਈਕਲ ਦੀਆਂ ਸੀ ਪਰਤੀਆਂ ਕੱਢੀਆਂ ਸੀ ਇੱਕ ਸਾਈਕਲ ਦਾ ਸਾਡਾ ਵੀਰ ਲੈ ਗਿਆ ਤੇ ਦੂਜੀ 1400 ਦੀ ਕਿੰਨਾ ਨੰਬਰ ਸੀ ਉਹ ਭਰਤੀ ਵਾਲਾ ਨਹੀਂ ਵੀਰ ਆਇਆ 5 ਮਿੰਟ ਤੋਂ ਬਾਅਦ ਅਸੀਂ ਇੱਕ ਭਰਤੀ ਹੋਰ ਦੁਬਾਰਾ ਕੱਢਾਂਗੇ ਕਈਆਂ ਨੇ ਭਰਤੀਆਂ ਪਾਰਤੀਆਂ ਹੋਣੀਆਂ ਕਈਆਂ ਨੇ ਰੱਖ ਲਈਆਂ ਹੋਣਗੀਆਂ ਉਹ ਧਰਤੀ ਅਸੀਂ ਦੂਰੀ ਵਾਰ ਕੱਢਾਂਗੇ ਦੂਸਰੇ ਸਾਈਕਲ ਦੀ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਇਹ ਸਿੰਘ ਦੇ ਕਿੰਗ ਕਬੱਡੀ ਦੇ ਜਿਹੜਾ ਜੱਫਾ ਲੱਗ ਗਿਆ ਕਲਗੀਆਂ ਵਾਲੇ ਦੀ ਗੱਲ ਹੋਈ ਹੈ ਜਦੋਂ ਸਿੱਖੀ ਦਾ ਨਾਮ ਚੱਲਿਆ ਲਓ ਫਿਰ ਮੈਦਾਨ ਵਿੱਚ ਅਗਲੀ ਕਬੱਡੀ ਗੱਭਰੂ ਪਾਰ ਨੇ ਤੇ ਮਾਈਕ ਤੇ ਗੁਰਚਰਨ ਭਾਈ ਜੀ ਕਾਲਾ ਸਿੰਘ ਦੱਸੋ ਕਿੱਧਰ ਹੈ ਦਾਦਰ ਕਿੱਧਰ ਹੈ ਕਾਲੇ ਸਿੰਘਿਆਂ ਦੀ ਟੀਮ ਪਿੰਡ ਵਾਲੀ ਸਾਈਡ ਪਹਿਲਾਂ ਦੱਸਿਆ ਡਾਕਟਰ ਸਾਹਿਬ ਕਾਲਾ ਸਿੰਘਿਆ ਪਿੰਡ ਵਾਲੇ ਪਾਸੇ ਹੈ ਤੇ ਦੂਸਰੇ ਬੰਨੇ ਦਾਦਰ ਦੀ ਟੀਮ ਹੈ ਦਾਦਰ ਦਾ ਪ੍ਰਿੰਦਰ ਕਹਿੰਦੇ ਤਾਰ
ਦਾ ਖਿਡਾਰੀ ਹੈ ਤੇ ਪੰਜਾਬ ਵਿੱਚ ਸਭ ਤੋਂ ਵੱਧ ਕਹਿੰਦੇ ਜਿਹੜੀ ਦਾਦਰ ਦੀ ਸ਼ਮਸ਼ਾਨ ਘਾਟ ਹੈ ਉਹ ਸੁਨੇਹਾ ਆ ਦੇਖਣ ਜੋਗਾ ਕਿਉਂਕਿ ਦਾਦਰ ਦੇ ਸਿਰੇ ਦੇ ਕੇ ਢੋਡਾ ਫਿਰ ਮਰਨ ਨੂੰ ਚੁੱਪ ਕਰਦਾ ਹੈ ਮੈਂ ਵੀ ਕਬੱਡੀ ਮਨਦੀਪ ਦਾਦਰ ਦੀ ਤਰਫੋਂ ਪਾਉਣ ਦੇ ਲਈ ਵਾਧਾ ਹੈ ਰੁਪਈਆ ਜਿਹੜੇ ਰੱਖ ਲਓ ਵੀ ਰਾਜੂ ਮੋਹਨ ਕੈਨੇਡੀਅਨ ਤੇ ਹੈਪੀ ਮੋਹਨ ਕੈਨੇਡੀਅਨ ਵੱਲੋਂ ਵੱਡੇ ਮਾਨ ਸਨਮਾਨਾ ਗੁਰਸੇਵ ਜੀ ਸਾਡੇ ਹੈਪੀ ਮੋਹਨ ਤੇ ਰਾਜੂ ਮੋਹਨ ਕੈਨੇਡੀਅਨ ਵੱਲੋਂ ਰੱਖ ਲਓ ਇਹਨੂੰ ਸੌ ਸੌ ਰੁਪਈਆ ਦੋਹਾਂ ਵੱਲੋਂ ਵੱਡੇ ਮਾਨ ਸਨਮਾਨ ਦੇ ਦਿੱਤੇ ਜਾਣਗੇ ਅਗਰ ਜਸ ਬਕਸਰ ਦਾ ਕਹਿੰਦੇ ਸੇਲਵੇ ਦੇ ਕਬੱਡੀ ਕੱਪ ਤੇ ਵੱਡਾ ਮਾਨ ਕੀਤਾ ਜਾ ਰਿਹਾ ਹੈ ਮੈਚ ਕਬੱਡੀ ਦੇ ਮੈਦਾਨ ਵਿੱਚ ਖੇਡਿਆ ਜਾ ਰਿਹਾ ਬੁੱਟਾ ਜੀ ਇਸ ਤੋਂ ਅਗਲੀਆਂ 200 ਰੁਪਈਆ ਰੇਡਰ ਨੂੰ ਪਲੇਡਰ ਮਾਨ ਤੇ ਸੁੱਖ ਮਾਨ ਨਾਲ ਕੈਨੇਡੀਅਨ ਵੱਲੋਂ ਸੁੱਖ ਮਾਨ ਸੁੱਖ ਲੈਣਾ ਤੇ ਪਲੇਡਰ ਮਾਨ ਕੈਨੇਡੀਅਨ ਜਲਾਲਾਬਾਦ ਤੇ ਕਨੇਡਾ ਨਾਲ ਹੀ ਬਾਈ ਮੋਹਣਾ ਬਾਈ ਯੋਧਾ ਵਾਲਾ ਸ਼ਾਹਪੁਰ ਯੂਐਸਏ ਤੇ ਸੰਦੀਪ ਬਾਈ ਸ਼ਾਹਪੁਰ ਯੂਐਸਏ ਤੇ ਨਾਲ ਗੁਰਦੀਪ ਲੱਗਾ ਸ਼ਾਹਪੁਰ ਯੂਐਸਏ ਦੇ ਤੋਂ ਦੇ ਨੰਬਰ ਆਣਦੇ ਆ ਤੇ ਵੱਡੇ ਮਾਨਸਮਾਨ ਕੋਈ ਦੱਸਦੇ ਆ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਕਮੈਂਟੇਟਰ ਮੇਰੇ ਵੀਰ ਜੀ ਦੋਹਾਂ ਨੂੰ 100-100 ਰੁਪਈਆ ਪਲਵਿੰਦਰ ਮਾਨ ਤੇ ਸੁੱਖ ਮਾਨ ਸੁੱਖ ਲੈਣਾੜ ਸੁੱਖ ਲੈਣਾੜ ਦੇ ਪਲਵਿੰਦਰ ਮਾਨ ਕੈਨੇਡੀਅਨ ਵੱਲੋਂ 100-100 ਰੁਪਈਆ ਕਮੈਂਟੇਟਰ ਮੇਰੇ ਵੀਰ ਦੋਹਾਂ ਨੂੰ ਉਧਰ ਸਾਡੇ ਵੱਡੇ ਮਾਨ ਪੰਜਾਬੀ ਨੇ ਬੋਲਾ ਤੋਂ ਸੱਚੇ ਪਾਤਸ਼ਾਹ ਫੇਰ ਕਰੇਗਾ ਭਾਵਾਂ ਦਾ ਜੋ ਮਾਨ ਸਨਮਾਨ ਦੇ ਰਹੇ ਆ ਔਰ ਉਧਰ ਸਾਡੇ ਬਹੁਤ ਬਾਈ ਜੋਧਾ ਜੀ ਸੈਂਟਰ ਯੂਐਸਏ ਸੰਦੀਪ ਬਾਈ ਜੀ ਸੈਂਟਰ ਯੂਐਸਏ ਤੇ ਬਾਈ ਗੁਰਜੀਤ ਸਿੰਘ ਜੀ ਆਪਾਂ ਦਿਲੋਂ ਧੰਨਵਾਦ ਕਰਾਂਗੇ ਅਗਰ ਇੱਕ ਪਾਸੇ ਕਬੱਡੀ ਦਾ ਸਰਦਾਰ ਆ ਔਰ ਦੂਸਰੇ ਪਾਸੇ ਦੇ ਖੋੜ ਕੀ ਬਣਦਾ ਇਹ ਚੜ੍ਹਦੀ ਜਵਾਨੀ ਦਾ ਵੀ ਮਾਨ ਕਰੀਦਾ ਤੇ ਸੱਤਾ ਦੀਆਂ ਸਿਰੀਆਂ ਤੇ ਵੀ ਪੈਰ ਭਰੀਦਾ ਹੁੰਦੇ ਨੇ ਬਗਾਲੇ ਪੁੱਤ ਦਿਲ ਵਿੱਚ ਰੱਖੀ ਨਾ ਭੁਲੇਖਾ ਖੋਦ ਤੇ ਇੱਥੇ ਅਸੀਂ ਖਰੇ ਤੋਂ ਖਰੇ ਖੋਦ ਤੇ ਇੱਥੇ ਅਸੀਂ ਖਰੇ ਤੋਂ ਖਰੇ ਮਨਦੀਪ ਦੀ ਪੋਕਰੀ ਵਾਲਾ ਕਬੱਡੀ ਪਾ ਰਿਹਾ ਲੱਭੀ ਜੁੜੇ ਸ਼ੇਰ ਖਾਰੇ ਆ ਮੁੰਡੇ ਦੀ ਕਬੱਡੀ ਦੇ ਮੈਦਾਨ ਦੇ ਵਿੱਚ ਇਧਰਲੇ ਬੰਨੇ ਗੋਰਾ ਨਿਸ਼ੋਰਾ ਰੰਗ ਹੈ ਮੁੰਡੇ ਦਾ ਆ ਸਾਹਮਣੇ ਕਹਿੰਦੇ ਡਬਲ ਟੱਚ ਹੋ ਗਿਆ ਟਾਲੀ ਰੇਲਗ ਵਾਲੇ ਕਹਿੰਦੇ ਆ ਵੀ ਬਾਦਰ ਦੀ ਟੀਮ ਦੇ ਖਿਡਾਰੀ ਜਿੰਨੇ ਜੱਫੇ ਲੈਣਗੇ ਉਹਨੇ 200-200 ਦੇ ਮਾਨ ਦਿੱਤੇ ਜਾਣਗੇ ਉਧਰਲੇ ਬੰਨੇ ਮਾਸਟਰ ਹਰਜੀਤ ਸਿੰਘ ਜੀ ਅੰਦਰਜੀਤ ਸਿੰਘ ਜੀ ਸਾਬਕਾ ਸਰਪੰਚ ਤੇ ਨਾਲ ਅਰਜੀਤ ਸ਼ਾਹ ਜੀ 300 ਦੇ ਮਾਨ ਸਨਮਾਨ ਪੰਜਾਬੀ ਵਾਂਗ ਬੋਲੋ ਤੋਂ ਖੁਸ਼ ਹੋ ਕੇ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਲਾਓ ਚੱਲੋ ਬੰਨੇ ਕਹਿੰਦੇ ਬਾਦਰ ਦੀ ਗੱਲ ਦੁਨੀਆ ਦੀ ਚੱਲੀ ਆ ਰਾਣਾ ਰਾਣੀ ਸਿੱਧੀ ਦੇ ਚਰਚੇ ਹੋਏ ਮੇਰੇ ਵੀਰੋ ਐਨ ਕਹਿੰਦੇ ਬਾਦਰ ਵਾਲਾ ਤੇ ਦੂਸਰੇ ਬੰਨੇ ਕਾਲੇ ਸਿੰਘਾਂ ਦੀ ਧਰਤੀ ਦਾ ਗੱਭਰੂ ਜੱਫਾ ਲਾਲ ਕੇ ਨਹੀਂ ਕਬੱਡੀ ਦੇ ਗਰਾਉਂਡ ਵਿੱਚ ਐਨ ਕਹਿ ਰਹੇ ਜੇ ਸਰੀਰ ਸਮਾਂ ਪੀਤਾ ਜਾ ਰਿਹਾ ਘੜੀ ਦੀਆਂ ਸੂਹਾਂ ਟਿੱਕ 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 ਆ ਗੱਭਰੂ ਲੱਖ ਪਾਣੀ ਪਾਣੀਏ ਵਿੱਚੋਂ ਸ਼ੂਰ ਮੇਰੇ ਵੀਰ ਪਲਵਿੰਦਰ ਮਾਨ ਸੁੱਖ ਲੈਣਾੜ ਤੇ ਰਾਜੂ ਮਾਨ ਤੇ ਹੈਪੀ ਮਾਨ ਕੈਨੇਡੀਅਨ ਇਹਨਾਂ ਵੱਲੋਂ 100 ਰੁਪਈਆ ਸਟਾਪਰ ਨੂੰ ਉਧਰਲੇ ਬੰਨੇ ਲੱਖ ਪਾਣੀ ਪਾਲੀਏ ਮਿੱਤਰੋ ਸੂਰਜ ਕਦੇ ਨਹੀਂ ਫਰਦਾ ਬੰਦੇ ਨੂੰ ਸਮਾਂ ਹਰਾਉਂਦਾ ਏ ਮਿੱਤਰੋ ਪੰਡਾ ਕਦੇ ਨਹੀਂ ਫਰਦਾ ਬੰਦੇ ਨੂੰ ਸਮਾਂ ਹਰਾਉਂਦਾ ਏ ਮਿੱਤਰੋ ਪੰਡਾ ਕਦੇ ਨਹੀਂ ਫਰਦਾ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਇੱਕ ਸਮੇਂ ਦੇ ਵਿੱਚ ਵੱਜੀ ਹੋਈ ਮੈਚ ਫਿਰ ਕਬੱਡੀ ਆ 365 ਕਬੱਡੀ ਡਾਟ ਕਮ ਵਾਲੇ ਐਨ ਕਹਿੰਦੇ ਪੂਰੀ ਦੁਨੀਆ ਦੇ ਉੱਤੇ ਕਿਸ਼ੋ ਸ਼ਰੇ ਦਾ ਕਬੱਡੀ ਕੱਪ ਦਿਖਾ ਰਹੇ ਆ ਤੇ ਦਾਦਰ ਵਾਲਾ ਗੱਭਰੂ ਖਾਲਸਾ ਰਾਜ ਰੋਇਆ ਮਜ਼ਦੂਰ ਨੇ ਢਾਹ ਮਾਰੀ ਤੰਦ ਗਾਰੇ ਦੀ ਭਲਕ ਕੇ ਜਾਣ ਲੱਗੀ ਸਾਨੂੰ ਨਾਲ ਆਇਓ ਤੇ ਅਸੀਂ ਉਹਨਾਂ ਦੇ ਬੰਨੇ ਉਡਾਣ ਲੱਗੀ ਤੇ ਭੱਜ ਜਾਓ ਜੇ ਅਗਲੀ ਟੀਮ ਵੀ ਗਰਾਊਂਡ ਛੱਡੀ ਅਗਲੀ ਟੀਮ ਐਂਡ ਗਈ ਆਪਣੇ ਕੋਲ ਇਹ ਦੀ ਟੀਮ ਹੈ ਜਲਾਲਾਬਾਦ ਤੇ ਕਨੇਡਾ ਪੁੱਜੀ ਹੋਈਆਂ ਡਾਕਟਰ ਸਾਹਿਬ ਟੀਮਾਂ ਬਾ ਕਬੱਡੀ ਦੇ ਗਰਾਊਂਡ ਵਿੱਚ ਅਗਰ ਮਨਦੀਪ ਦੀ ਪੈਂਦੀ ਕਬੱਡੀ ਖੇਡ ਦੇ ਮੈਦਾਨ ਵਿੱਚ ਫਿਰ ਆਪਾਂ ਟੱਕਾਂਗੇ ਅਗਰ ਸਾਹਮਣੇ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਗੱਲ ਸਿਰੇ ਤੇ ਲੱਗਣੀ ਆ ਅਗਰ ਚਾਰ ਵਾਫੀ ਹੈ ਕਿ ਕਿਤਾਬ ਤੇ ਸਿਰਨ ਮਿਲ ਜਾਂਦੀ ਪਰ ਪੜਨ ਮੰਗਲ ਵੀ ਰੱਬ ਦੇ ਦਿੰਦਾ ਪਰ ਖੜਨ ਔਖਾ ਏ ਇਹ ਧਰਤੀ ਨੂੰ ਭੁੱਲ ਜਾਂਦਾ ਹੈ ਅਸਮਾਨ ਵਿੱਚ ਟਿਕਦਾ ਨਹੀਂ ਚਰਬਾਲਾ ਇਹ ਨਾਮ ਜੱਗ ਤੇ ਬੁਲਾਉਣਾ ਨਹੀਂ ਸਿਖਾਲਾ ਨਾਮ ਜੱਗ ਤੇ ਬੁਲਾਉਣਾ ਨਹੀਂ ਸਿਖਾਲਾ ਅੰਦਰ ਸਾਹਮਣੇ ਉਧਰਲੇ ਵੱਲੋਂ ਢਾਲੀਵਾਲ ਸਾਡੇ ਗੈਸ ਏਜੰਸੀ ਵਾਲੇ ਕਿਸ਼ਨਪੁਰ ਵਾਲੇ ਸੁਰਜੀਤ ਸਿੰਘ ਜੀ ਸਾਬਕਾ ਸਰਪੰਚ ਵੱਡੇ ਪਿਆਰ ਤੇ ਉਹਦੇ ਕਰਦੇ ਆ ਬਹੁਤ ਧੰਨਵਾਦ ਆ ਨਿੱਕੀ ਉਮਰ ਮੰਡੇ ਦੀ ਲਓ ਸਾਹਮਣੇ ਕਬੱਡੀ ਦੇ ਗਰਾਊਂਡ ਵਿੱਚ ਕੋਈ ਕੈਨੇਡਾ ਤੋਂ ਪੁੱਜਿਆ ਕੋਈ ਇੰਗਲੈਂਡ ਤੋਂ ਕੋਈ ਯੂਐਸਏ ਤੋਂ ਕੋਈ ਇਸ ਨਗਰ ਤੋਂ ਕੋਈ ਦੂਰ ਦੂਰ ਤੋਂ ਦਰਸ਼ਕ ਪੁੱਜੇ ਆ ਅੱਜ ਦੇ ਕਬੱਡੀ ਦੇ ਖੇਡ ਦੇ ਆਨੰਦ ਮਾਣਦੇ ਆ ਕਿੰਨੇ ਜੱਫੇ ਲੱਗੇ ਆ ਦਰਦ ਵਾਲੇ ਜ਼ਰੂਰ ਦੱਸੋ ਹੋਰ ਵਾਲੇ ਆਪਣਾ ਨਾਮ ਲੈ ਜੋ ਮੇਰੇ ਜੀ ਆ ਕੇ ਢਾਲੀ ਰੇਲ ਵਾਲਿਆਂ ਨੇ 200 ਰੁਪਇਆ ਲਾਇਆ ਜੱਫੇ ਦਾ ਕਿਹੜੀ ਟੀਮ ਸੀਰ ਜਿੱਤ ਰਹੀ ਹੈ ਕਾਲਾ ਸੰਘਿਆਂ ਦੀ ਟੀਮ ਜਿੱਤ ਰਹੀ ਹੈ ਪ੍ਰਣਤ ਨੋਟ ਕਰਨ
ਕਾਲੇ ਸਿੰਘਾਂ ਦੇ ਟੀਮ, ਕਾਲੇ ਸਿੰਘਾਂ ਦੇ ਟੀਮ ਭਾਜੀ ਜੇਤੂ ਦਾ ਨੋਟ ਕਰ ਲਓ। ਅਗਲਾ ਜਿਹੜਾ ਮੈਚ ਜੇਤੂ 75 ਕਿਲੋ ਦੇ ਖੇਡੇ ਜਾਣਗੇ ਔਰ ਉਹ ਵੀ ਟੀਮ ਆਪਣੀ ਤਿਆਰੀ ਰੱਖਣਗੇ। ਅਗਰ ਸਾਡੇ ਜਿੰਨੇ ਭਰਾ ਦਾ ਮਾਨ ਸਨਮਾਨ ਕਰ ਰਹੇ ਸਾਰਿਆਂ ਦਾ ਆਪਾਂ ਦਿਲੋਂ ਧੰਨਵਾਦ ਕਰਾਂਗੇ। ਕਬੱਡੀ ਦੇ ਮੈਦਾਨ ਦੇ ਵਿੱਚ ਦੋਨੋਂ ਟੀਮ ਆਪਣੀ ਤਿਆਰੀ ਰੱਖਣ। ਅਗਰ ਅਸੀਂ ਸਾਡੇ ਮੋਹਨ ਬਾਈ ਜੀ ਯੋਧਾ ਸੈਟਲ ਯੂਐਸਏ, ਸੰਦੀਪ ਬਾਈ ਜੀ ਸੈਟਲ ਯੂਐਸਏ, ਗੁਰਜੀਤ ਸਿੰਘ ਜੀ ਸਾਡੇ ਬੱਗਾ ਸੈਟਲ ਯੂਐਸਏ, ਵੱਡਾ ਮਾਣ ਹੈ ਉਹਨਾਂ ਦਾ, ਧੰਨਵਾਦ ਹੈ। ਮੈਚ ਸ਼ੁਰੂ ਹੋਣ ਜਾ ਰਿਹਾ ਨੇ ਦੋ ਟੀਮਾਂ ਦੇ ਦਰਮਿਆਨ। ਦੇਖੋ ਦਰਸ਼ਕ ਕਿੰਨੇ ਪਿਆਰ ਦੇ ਨਾਲ ਅੱਜ ਦਾ ਇਹ ਟੂਰ ਓਵਰ ਤੱਕਣ ਦੇ ਲਈ ਪੁੱਜੇ ਹੈ। ਮੈਚ ਸ਼ੁਰੂ ਹੋਣ ਜਾ ਰਿਹਾ ਹੈ ਦੋ ਟੀਮਾਂ ਦੇ ਦਰਮਿਆਨ। ਕਬੱਡੀ ਓਪਨ ਦੀ ਆਪਾਂ ਜ਼ਰੂਰ ਟਾਈਆਂ ਕੱਢੀਏ, ਸਾਡੇ ਪ੍ਰਬੰਧਕ ਵੀ ਟਾਈਆਂ ਕੱਢ ਰਹੇ ਹੈ, ਉਹਦੀ ਲਿਸਟ ਹੈ ਜਿਹੜੀ ਜ਼ਰੂਰ ਆਪਾਂ ਗਰਾਊਂਡ ਤੱਕ ਪੁੱਜਦੀ ਕਰੀਏ ਕਬੱਡੀ ਓਪਨ ਦੀ। ਤੀਜਾ ਰਾਉਂਡ ਜਿਹੜਾ ਸ਼ੁਰੂ ਹੋਊਗਾ ਦਰਸ਼ਕ ਵੀਰੋ, ਮੋਟਰਸਾਈਕਲ ਬੈਸਟ ਰੇਟਰ ਤੇ ਜਾਫੀ ਨੂੰ ਦਿੱਤੇ ਜਾਣਗੇ, ਨਾਲ ਮਾਨ ਹੋਊਗਾ। ਮੈਚ ਕੰਡਿਆਣਾ ਤੇ ਜਲਾਲਾਬਾਦ, ਕੰਡਿਆਣੇ ਦੀ ਟੀਮ ਤੇ ਜਲਾਲਾਬਾਦ, ਦੋ ਟੀਮਾਂ ਦੇ ਦਰਮਿਆਨ ਕਬੱਡੀ ਦਾ ਬੜਾ ਤਕੜਾ ਮੁਕਾਬਲਾ ਜਿਹੜਾ ਸ਼ੁਰੂ ਹੋਊਗਾ। 70-75 ਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਕਬੱਡੀ ਦਾ ਏਦਾਂ ਤਰ੍ਹਾਂ ਮਾਹੌਲ ਨਾ ਵਿਗਾੜਿਆ ਕਰੋ, ਜਿਹੜੀ ਚਕਨਾਈ ਵਾਲੀ ਚੀਜ਼ ਹੈ ਉਹਨਾਂ ਨੂੰ ਨਾ ਲਾ ਕੇ ਗਰਾਊਂਡ ਵਿੱਚ ਆਇਆ ਕਰੋ। ਜੇ ਲੱਗੀ ਹੁੰਦੀ ਹੈ ਤਾਂ ਗਰਾਊਂਡੋਂ ਬਾਹਰ ਹੀ ਉਹਨਾਂ ਦਾ ਆਪਣਾ ਚੇਕ ਆਪਾਂ ਕਰ ਲਿਆ ਕਰੋ। ਦੋਵੇਂ ਟੀਮਾਂ ਡਲਿਆ ਆਖਿਰ ਕੇ ਪਾਸਾ ਮੰਨ ਲੈਣ ਬਈ। ਓਪਨ ਦੇ ਤੀਜੇ ਰਾਊਂਡ ਦੇ ਮੈਚ ਸੁਣ ਲਓ, ਕਲਕੜਾ ਤੇ ਸ਼ੂਸ਼ਕੋ ਇੱਕ ਵਾਰੀ ਕਹਿੰਦੇ ਤਾਰੀ ਦੋਟਾ ਤੇ ਕੌਕੇ ਗੁਰਜ ਹਰੀ ਸਿੰਘ ਬੀ ਤੇ ਇੰਦਗੜ ਏ, ਗਗੜਾ ਤੇ ਝਨੇਰ, ਕਿਸ਼ਨਪੁਰਾ ਕਲਾਂ ਏ ਤੇ ਕਾਲਾ ਸੰਘਿਆ। ਓਪਨ ਦੇ ਤੀਜੇ ਰਾਊਂਡ ਦੇ ਮੈਚ ਹੈ 6 ਮੈਚ ਬਾਈ, ਇਹ ਸਾਰੇ ਮੈਚ ਵਧੀਆ ਲੱਗੇ, ਇੱਕ ਵਾਰੀ ਤਾਰੀ ਮਾਰ ਦਿਓ। ਬੜਾ ਤਗੜਾ ਮੈਚ ਹੋਣਾ ਢਲਕਲਾ ਤੇ ਸ਼ੂਸ਼ਕ ਦੀ ਟੀਮ ਦੇ ਦਰਮਿਆਨ। ਪਹਿਲਾ ਮੁਕਾਬਲਾ ਤੀਜੇ ਰਾਊਂਡ ਦਾ ਗਰਾਊਂਡ ਵਿੱਚ ਟੀਮਾਂ ਪੁੱਜਣ, ਸ਼ੂਸ਼ਕ ਤੇ ਆਜ਼ਾਦ ਕਬੱਡੀ ਕਲੱਬ ਢੱਲਾਂ ਦੀ ਟੀਮ ਜਿਹੜੀ ਉਹ ਗਰਾਊਂਡ ਵਿੱਚ ਪੁੱਜੂਗੀ। ਬੜਾ ਤਗੜਾ ਮੈਚ ਹੋਊਗਾ। 75 ਵਾਲੇ ਜਲਾਲਾਬਾਦ ਵਾਲੇ, ਪਹਿਲਾਂ ਵੀ ਬੋਲਿਆ ਗਿਆ ਸੀ ਯਾਰ ਇੰਨਾ ਨਾ ਚੱਕਰ ਪਾ ਕਰੋ, ਪਹਿਲਾਂ ਕਿੰਨੇ ਸਮੇਂ ਤੋਂ ਤੁਸੀਂ ਆਏ ਆ, ਉਦੋਂ ਇਹੋ ਜਿਹੇ ਕੰਮ ਕਰ ਲਿਆ ਕਰੋ। ਬਾਹਰਲੇ ਪਾਸੇ ਕੜਿਆਲਾ ਤੇ ਜਲਾਲਾਬਾਦ, ਇਹ ਮੈਚ 75 ਕਿਲੋ ਵਜਨ ਦਾ ਸ਼ੁਰੂ ਹੋਣ ਜਾ ਰਿਹਾ ਹੈ। ਨਿਸ਼ਕਰ ਤੇ ਸ਼ੰਦੂ ਜਲਾਲਾਬਾਦ ਤੇ ਨਾਲ ਦੇਖੋ ਕਬੱਡੀ ਦੇ ਮੈਦਾਨ ਦੇ ਵਿੱਚ ਹੈ ਇਹ ਜਿਹੜੀ ਟੀਮ ਜਲਾਲਾਬਾਦ ਦੀ ਹੈ, ਪਿੰਡ ਵਾਲੇ ਪਾਸੇ ਜਾ ਰਹੀ ਹੈ ਔਰ ਚੜ੍ਹਦੇ ਵਾਲੇ ਪਾਸੇ ਮੁੰਡੇ ਕੜਿਆਣੇ ਵਾਲੇ ਹੈ, ਕੱਲਾ ਵਾਲੇ ਆਜ਼ਾਦ ਕਬੱਡੀ ਕਲੱਬ ਵਾਲੇ ਮੁੰਡੇ ਮੈਦਾਨ ਦੇ ਵਿੱਚ ਆ ਗਏ ਹੈ। ਪਰ ਮੰਗਲਾ ਬਾਹਰਲੇ ਪਾਸੇ ਦਾ ਚਲਾ ਜਾਵੇ, ਕਿਉਂਕਿ ਇਕੱਲੀ ਇਕੱਲੀ ਕਬੱਡੀ ਆਪਾਂ ਲੋਕਾਂ ਨੂੰ ਦਿਖਾਈਏ ਜਿਹੜੇ ਸਵੇਰ ਤੋਂ ਬੈਠੇ ਹੈ। ਪਹਿਲੀ ਕਬੱਡੀ ਖੇਡ ਦੇ ਮੈਦਾਨ ਵਿੱਚ ਆਪਾਂ ਦੇਖਾਂਗੇ। ਨੌਜਵਾਨ ਗੱਭਰੂ ਲਓ ਦੇਖੋ ਸਾਹਮਣੇ ਪਾਈ ਹੋਈ ਕਬੱਡੀ, ਇੱਕ ਪਾਸੇ ਕੜਿਆਣਾ ਤੇ ਦੂਸਰੇ ਪਾਸੇ ਦੇਖੋ ਜਲਾਲਾਬਾਦ, ਦੋ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ। ਆਪ ਵੀ ਕੁਲਦੀਪ ਪਿੱਪਾ ਕਬੱਡੀ ਲੈ ਸੰਦੀਪ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਾਧਾ ਹੋਇਆ। ਅਗਲੀ ਲਿਸਟ ਦੇ ਮੁਤਾਬਕ ਪਹਿਲਾ ਜਿਹੜਾ ਮੈਚ ਖੇਡਿਆ ਜਾਣਾ ਮੁੰਡੇ ਢਲਕਲਾ ਦੇ ਕਹਿੰਦੇ ਸ਼ੂਸ਼ਕ ਦੀ ਟੀਮ ਦੇ ਦਰਮਿਆਨ ਡਾਂਗ ਖੜਕੂਗੀ। ਦੋਵੇਂ ਟੀਮਾਂ ਦੋਵੇਂ ਪਿੰਡ ਪੰਜਾਬ ਦੇ ਜਿਹੜੇ ਸਰਕਾਰੇ ਪਿੰਡ ਹੈ ਲੈ ਸਾਹਮਣੇ ਕਹਿੰਦੇ ਸੰਦੀਪ ਕਾਲੇ ਸਿੰਘਾਂ ਦਾ ਕਬੱਡੀ ਪਾਉਂਦਾ ਕਬੱਡੀ ਦੇ ਗਰਾਊਂਡ ਵਿੱਚ ਲਾ ਸਾਹਮਣੇ ਆ ਗਬਰੂ ਦਾ ਕਹਿੰਦੇ ਮਾਰ ਮਾਤਾ ਪਿੰਡ ਤੇ ਕਾਲਾ ਨਾਮ ਹੈ ਜਿੱਥੋਂ ਦਾ ਜੱਗੀ ਪ੍ਰਧਾਨ ਬੈਟ ਵਰਗੇ ਕਬੱਡੀ ਦੇ ਸੁਪਰ ਸਟਾਰ ਜਿਹੜੇ ਖਿਡਾਰੀ ਕਹਿੰਦੇ ਪੰਜਾਬ ਦੇ ਕਬੱਡੀ ਕੱਪਾਂ ਦੇ ਪਟੇ ਸ਼ੋ ਕਰਦੇ ਆ ਮੈਂ ਕਾਲਾ ਮਾਰ ਨਾਬੇ ਵਾਲਾ। ਇੱਕ ਬੰਨੇ ਅਲੀ ਆ ਨੌਜਵਾਨ ਕਹਿੰਦੇ ਟਾਪ ਦੇ ਜੱਫੇ ਲਾਵਾ ਜਿਵੇਂ ਭਿੰਡਰਾਂ ਦੇ ਕਬੱਡੀ ਕੱਪ ਦੇ ਇਸ ਨੌਜਵਾਨ ਨੇ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਹੈ। ਵੀਰ ਜੀ ਦੱਸੋ ਕਿਹੜੀ ਕਿਹੜੀ ਟੀਮ ਕਿੱਧਰ ਕਿੱਧਰ ਖੇਡਦੀ ਹੈ? ਜ਼ਰੂਰ ਜੀ ਅੰਦਰ ਜਲਾਲਾਬਾਦ ਦੀ ਟੀਮ ਪਿੰਡ ਵਾਲੇ ਪਾਸੇ ਤੇ ਕਾਲੇ ਕੰਡਿਆਣੇ ਦੀ ਟੀਮ ਜਿਹੜੀ ਉਧਰਲੇ ਬੰਨੇ ਕਹਿੰਦੇ ਬਿਜਲੀ ਘਰ ਵਾਲੀ ਸਾਈਡ ਹੈ ਲਓ ਸਾਹਮਣੇ ਗੱਭਰੂ ਕਹਿੰਦੇ ਵਿਜੇ ਕਬੱਡੀ ਪਾਉਂਦਾ ਹੈ ਪਿੰਡਰਾਂ ਦਾ ਵਿਜੇ ਯਾਰ ਪਤਲਾ ਸਰੀਰ ਦਾ ਹੱਥ ਲਾ ਕੇ ਜਾਫੀਆਂ ਦਾ ਗੋਲੀ ਵਾਂਗੂ ਚੀਰਦਾ ਇਹ ਹੈ ਕਬੱਡੀ ਦਾ ਐਨਾ ਕੋਡਾ ਕਹਿੰਦੇ ਮਾਰੋ ਤਾੜੀ ਦੱਸੀ ਦਿਓ ਸ਼ਿੰਦੂ ਜਲਾਲਾਬਾਦੀ ਹੈ। ਸਿੰਘ ਦੇ ਕਿੰਗ ਕਹਿੰਦੇ ਲਾ ਜੱਫਾ ਮਰਨੋ ਮੂਲ ਨਹੀਂ ਡਰਦੇ ਜਿਹੜੇ ਮੌਤ ਦੇ ਵਪਾਰੀ ਹੈ ਫੜਦੇ ਜਿਹੜੇ ਜਾਫੀ ਸਿਰੇ ਦੇ ਖਿਡਾਰੀ ਹੈ ਇਹ ਸਿਰੇ ਦੀਆਂ ਟੀਮਾਂ ਅੱਜ ਪੁੱਜੀਆਂ ਹੋਈਆਂ। ਹੈਲੋ ਜੇ ਜਲਾਲਾਬਾਦ ਦੀ ਟੀਮ ਜਿੱਤਦੀ ਆ ਤਾਂ 1100 ਰੁਪਈਆ ਸੁੱਖ ਲੈਣ ਨਾਲ ਜਲਾਲਾਬਾਦ ਵਾਲੇ ਨੂੰ 1100 ਰੁਪਈਆ ਜਲਾਲਾਬਾਦ ਦੀ ਟੀਮ ਨੂੰ। ਉਧਰਲੇ ਬੰਨੇ ਕਹਿੰਦੇ ਵੀ ਕਾਲੇ ਸਿੰਘਾਂ ਦਾ ਗੱਭਰੂ ਕਹਿੰਦਾ ਕਾਲੇ ਕਾਣੀਆਂ ਮਾਰ ਨੂੰ ਖੱਪ ਕਿਸਨੇ ਪਾਇਆ ਬਦਲਾ ਲੈ ਲਈ ਜਾਣਿਆ ਜੇ ਮਾਂ ਦਾ ਜਾਇਆ ਇੱਥੇ
ਰਗਤਕਾਰੀ ਵੱਜ ਗਈ ਜੱਜ ਨਾਗਰ ਨੇ ਕਹਿੰਦੇ ਪਰ ਤੇ ਥਾਪੀ ਮਾਰੀ ਹੈ ਤੇ ਬਰਾਬਰ ਦਾ ਪੰਜ ਕੱਢਿਆ ਤੇ ਪਾਰ ਜਿਹੜਾ ਕਹਿੰਦੇ ਨਾਜ਼ਰ ਗੱਭਰੂ ਯਾਫੀ ਦੇ ਸਿਰ ਜੁੜ ਗਿਆ ਲੈ ਵੀ ਕਰਗਲ ਸੰਦੀਪ ਦੀ ਸੁਨੇਹਾ ਵਾਲਿਆ ਨਾਗਰ ਸਾਹਿਬ ਸੰਦੀਪ ਦੀ ਵੱਡੀ ਪਾ ਰਿਹਾ ਤੇ ਉੱਧਰ ਸਾਡੀ ਪੂਰੀ ਪ੍ਰਬੰਧਕ ਕਮੇਟੀ ਜੋ ਮੇਲਾ ਕਮੇਟੀ ਹਰ ਸਾਲ ਕਬੱਡੀ ਦਾ ਵੱਡਾ ਕੱਪ ਕਰਾਉਂਦੇ ਹੈ ਐਨ ਆਰ ਆਈ ਭਰਾ ਭਾਵੇਂ ਨਹੀਂ ਆਉਂਦੇ ਉਹ ਜਿੰਨੇ ਪੈਸੇ ਸੋਚਦੇ ਹੈ ਉਹ ਇਕੱਲਾ ਇਕੱਲਾ ਰੁਪਈਆ ਜਿਹੜਾ ਹੈ ਬਿਲਕੁਲ ਨੇਕ ਕੰਮਾਂ ਦੇ ਉੱਤੇ ਇਹ ਕਬੱਡੀ ਦੇ ਉੱਤੇ ਖਰਚ ਕੀਤਾ ਜਾਂਦਾ ਹੈ ਕਿਉਂਕਿ ਇਕੱਲਾ ਇਕੱਲਾ ਪੈਸਾ ਉਹ ਸਾਡੇ ਪ੍ਰਬੰਧਕਾਂ ਕੋਲੋਂ ਲਿਖਿਆ ਜਾਂਦਾ ਹੈ ਉਹਦਾ ਪੂਰਾ ਹਿਸਾਬ ਕੀਤਾ ਜਾਂਦਾ ਹੈ ਇਸ ਲਈ ਅਸੀਂ ਕਾਨੂੰਨੀ ਸਜਣਾ ਦਾ ਦਿਲੋਂ ਸਤਿਕਾਰ ਕਰਾਂਗੇ ਚਾਹੇ ਪੰਜਾਬ ਦੇ ਕਰਾਂਗੇ ਚਾਹੇ ਵਿਦੇਸ਼ਾਂ ਦੇ ਕਰਾਂਗੇ ਜਿਹੜੇ ਵੱਡੇ ਮਾਣ ਬਖਸ਼ਦੇ ਹੈ ਉਹ ਬਾਬਾ ਜੀ ਦੇ ਕਬੱਡੀ ਕੱਪ ਨੂੰ ਉਹਨਾਂ ਸਾਰੇ ਪਰਿਵਾਰਾਂ ਦਾ ਦਿਲੋਂ ਧੰਨਵਾਦ ਹੈ ਉਹ ਮੇਲਾ ਕਮੇਟੀ ਵੱਲੋਂ ਇੱਕ ਪਾਸੇ ਸਾਹਮਣੇ ਭਾਰੀ ਹੋਈ ਕਬੱਡੀ ਹੈ ਉਹ ਦੂਸਰੇ ਪਾਸੇ ਮੁੰਡਾ ਪਟਿਆਲੇ ਵਾਲਾ ਕਿ ਧੱਕੇ ਦੇ ਕੇ ਚੜੀ ਜਵਾਨੇ ਸਾਰੇ ਰੋਂਦੇ ਡੱਕਦੇ ਵੀ ਧੱਕੇ ਦੇ ਕੇ ਚੜੀ ਜਵਾਨੇ ਸਾਰੇ ਰੋਂਦੇ ਡੱਕਦੇ ਜਲਾਲਾਬਾਦੀਆ ਖਾਲਸਾ ਇਹ ਵੀ ਕਹਿੰਦੇ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ ਦੇ ਬੱਚੇ ਉਧਰਲੇ ਬੰਨੇ ਕਿਸ਼ਨ ਪ੍ਰਿਆ ਮੋਟਾ ਲੈ ਭੱਜਿਆ ਆਪਣੀ ਟੀਮ ਨੇ ਗਰਾਊਂਡ ਵਿੱਚ ਪਰ ਮੇਰੀ ਬੇਨਤੀ ਹੈ ਰੋਟਿਆ ਮੈਚ ਚੱਲਦਾ ਤੇ ਆਪਾਂ ਥੱਲੇ ਬੈਠ ਜਾਈਏ ਬਹੁਤ ਬਹੁਤ ਧੰਨਵਾਦ ਹੈ ਥੋੜੇ ਜਿਹੇ ਭਰਾਂ ਜੀ ਆਪਾਂ ਸੈਰ ਤੇ ਆ ਜਾਈਏ 1100 ਰੁਪਈਆ ਸੁੱਖ ਲੈਣ ਵਾਲੇ ਨੂੰ ਜੋ ਜਿੱਤ ਜਾਣ ਜਲਾਲਾਬਾਦ ਹੈ ਤਾਂ ਸੁੱਖ ਲੈਣ ਵਾਲਾ ਲੋਕੀ ਸੁੱਖ ਲੈਣ ਲੜ ਸਾਡੇ ਕਹਿੰਦੇ ਆ ਵੀ ਜੇਕਰ ਜਲਾਲਾਬਾਦੀ ਟੀਮ ਜਿੱਤੀ ਹੈ ਤੇ 1100 ਰੁਪਈਆ ਮੰਨਾ ਦਿੱਤਾ ਜਾਣਾ ਹੈ ਸੁੱਖ ਸਾਡੇ ਭਾਜੀ ਲੈਣ ਲੜ ਸਾਹਿਬ ਹੁਣ ਦਾ ਧੰਨਵਾਦ ਕਰਾਂਗੇ ਆ ਮੁੰਡੇ ਦਾ ਨਾਮ ਨਛੱਤਰ ਹੈ ਪਰ ਦੂਸਰੇ ਪਾਸੇ ਵਾਲਾ ਸੰਦੀਪ ਆਪਣੀ ਟੀਮ ਦੇ ਹਿੱਸੇ ਬਹੁਤ ਤਕੜਾ ਨੰਬਰ ਜੋੜਦਾ ਹੈ ਵਿਲਕਮ ਡੀਜੇ ਸਾਰ ਸਰਵਿਸ ਸੁੱਖ ਲੈਣ ਲੜ ਰਾਜੂ ਮਾਨ ਕੈਨੇਡਾ ਦੇ ਸੁੱਖ ਲੈਣ ਲਾੜੇ ਨੂੰ 1100 ਰੁਪਈਆ ਜਲਾਲਾਬਾਦ ਟੀਮ ਨੂੰ ਜਿੱਤ ਜਾ ਤਾਂ ਲਾਗਰ ਬੰਦੇ ਮਾਨ ਸ਼ਰਮਾ ਰਾਜੂ ਮਾਨ ਕੈਨੇਡੀ ਨੂੰ ਅੱਜ ਦੇ ਸਕੋਰ 1100 ਰੁਪਈਆ ਟੀਮ ਜੇ ਜਿੱਤ ਜੇ ਤਾਂ ਮੈਂ ਬੇਨਤੀ ਕਰੂੰਗਾ ਜਦੋਂ ਸਕੋਰ ਆ ਗਏ ਬਾਈ ਜੀ ਬਹਿ ਜਾਓ ਮੰਗਲਾ ਭਲਵਾਨ ਜੀ ਥੋੜੇ ਜਿਹੇ ਬਹਿ ਜਾਓ ਪਿੱਛੇ ਦੇਖੋ ਕਿਉਂਕਿ ਆਪਾਂ ਵੀ ਪੈਸੇ ਕਮਾਉਣ ਆਏ ਆ ਪਰ ਆਹ ਜਿਹੜੇ ਲੋਕ ਸਿਰਫ ਕਬੱਡੀ ਦੇਖਣ ਆਏ ਆ ਇਸ ਲਈ ਬੇਨਤੀ ਹੈ ਵੀ ਜਿਹੜੀ ਇਹ ਸਪੋਰਟ ਟੀਮ ਹੈ ਪਹਿਲਾਂ ਤਾਂ ਆਏ ਨਾ ਬਾਹਰਲੇ ਪਾਸੇ ਬਾਕਸ ਵਾਲਿਆ ਉੱਥੇ ਖੜੀਏ ਆਪਾਂ ਪਰ ਜੇ ਆ ਗਏ ਰਾਜੂ ਮਾਨ ਵੱਲੋਂ 200 ਮਾਨ ਸਾਹਿਬ ਸਾਡੇ 200 ਰੁਪਇਆ ਸ਼ਿੰਦੂ ਜ਼ਿਲ੍ਹੇ ਮਾਨ ਦੇ ਜਥੇ ਭੇਜਦੇ ਹੈ ਆਪਾਂ ਦਿਲੋਂ ਧੰਨਵਾਦ ਕਰਾਂਗੇ ਇੱਧਰ ਸੰਦੀਪ ਅਗਲੀ ਕਬੱਡੀ ਪਾ ਰਿਹਾ ਹੈ ਜੇਕਰ ਸਾਰੀ ਟੀਮ ਜਿੱਤੀ ਹੈ ਸ਼ਿੰਦੂ 1100 ਰੁਪਏ ਦੇ ਵੱਡੇ ਮਾਨ ਸਨਮਾਨ ਕੀਤੇ ਜਾ ਰਹੇ ਹੈ ਲਓ ਦੇਖੋ ਸਾਹਮਣੇ ਕਿ ਗਿੱਦੜੀ ਜਨਮ ਦਿੰਦੀ ਹੈ ਗਿੱਦੜਾਂ ਨੂੰ ਪਰ ਸ਼ਕਤੀ ਹੈ ਘਰ ਵਿੱਚ ਸ਼ੇਰ ਦੀ ਪੁੱਤ ਸ਼ੇਰ ਪੈਦਾ ਜਿਸ ਜ਼ਮੀਨ ਵਿੱਚ ਹੁੰਦੀ ਹੈ ਸਿੱਲ ਪੂਰੀ ਉਹ ਜ਼ਮੀਨ ਤੋਂ ਹੁੰਦੀ ਹੈ ਫਸਲ ਢੇਰ ਪੈਦਾ ਜਿਹੜੇ ਬਾਬਿਆਂ ਨੇ ਕੀਤੀ ਹੁੰਦੀ ਹੈ ਤਪੱਸਿਆ ਉਹਨਾਂ ਦੇ ਘਰ ਹੁੰਦੇ ਆ ਪੁੱਤ ਪਲੇਰ ਪੈਦਾ ਛੀਲੀਆਂ ਮਾਵਾਂ ਦੇ ਬੱਬਰ ਸ਼ੇਰ ਅੱਜ ਜੂਝਦੇ ਆ ਮੈਦਾਨੀ ਜੰਗ ਦੇ ਵਿੱਚ ਆਓ ਸਾਹਮਣੇ ਕਬੱਡੀ ਕਹਿੰਦੇ ਮਾਰ ਮਾਬੇ ਦੇ ਪਾਲੇ ਦੀ ਆ ਲਓ ਸਾਹਮਣੇ ਕਹਿੰਦੇ ਗੱਭਰੂ ਸਾਡੇ ਕਾਲੀ ਰੇਲਗ ਵਾਲੇ ਲੈ ਵੀ ਕਾਲੀ ਕਿਹਦੇ ਲਈ ਮਾਣ ਹੈ ਨੌਜਵਾਨ ਵੱਡੇ ਮਾਨ ਸਨਮਾਨ ਬੋਲਾਂ ਦੇ ਖੁਸ਼ ਹੋ ਕੇ ਕਾਲੀ ਰੇਲਗ ਵਾਲੇ ਪੇੜਾ ਕਰਦੇ ਆ ਆਹ ਦੇਖੋ ਸਾਹਮਣੇ ਨੌਜਵਾਨ ਦਾ ਕਹਿੰਦੇ ਲੱਗਾ ਹੋਇਆ ਜੱਫਾ ਐਨ ਗੱਡੀ ਕਿਤੇ ਵੀਰੇ ਪਾੜੀ ਮਾਰ ਦਿਓ 200 ਰੁਪਈਆ ਸਟਾਪਰ ਨੂੰ ਕੁਲਵਿੰਦਰ ਮਾਨ ਰਾਜੂ ਮਾਨ ਤੇ ਸੁੱਖ ਲੈਣ ਦੇ ਲਾੜ ਵੱਡੋ 200 ਰੁਪਈਆ ਸਟਾਪਰ ਨੂੰ ਚੱਕੀ ਦੇ ਪਰਵਰਗੀ ਛਾਤੀ ਜਿਗਰੇ ਗੱਡ ਨੇ ਮੰਗਣਾ ਪੈਣਾ
ਨਹੀਂ ਰਲਾ ਪਾਣਾ ਮੰਨਣਾ ਪੈਣਾ ਕਹਿੰਦੇ ਫੈਸਲੇ ਠੋਕ ਕੇ ਕਰਦਾ ਹੈ 26 ਤਰੀਕ ਕਹਿੰਦੇ ਬੁਲਟ ਹੋਟਲ ਜਾਣਗੇ ਤੇ ਕੱਲ ਨੂੰ ਕਹਿੰਦੇ ਬਾਬੇ ਫਰੀਦ ਦੇ ਮੇਲੇ ਤੇ ਬੋਲ ਬੋਲਾਂਗੇ ਦੁਨੀਆ ਦੇ ਸਟਾਰ ਖੇਡਣਗੇ ਅਲੀ 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 ਮੇਰੇ ਵੀਰੋ ਆਏ ਕਬਰੋ ਕਹਿੰਦੇ ਜਿਵੇਂ ਫਰਿਆਦ ਅਲੀ ਤੇ ਲਿਆਲਤ ਅਲੀ ਬਿੱਲਾ ਦੇ ਫੈਸਲਾ ਉਧਰਲੇ ਬੰਨੇ ਪਾਣ ਨਿਕਲਦਾ ਵਾਰਿਸ ਹੋ ਰਿਹਾ ਅਗਰ ਕਰਸੇਨ ਸਿੰਘ ਜੀ ਕੈਨੇਡਾ ਵਾਲਾ ਦਾ ਆਪਾਂ ਸਤਿਕਾਰ ਕਰਾਂਗੇ ਜਿੰਨੇ ਭਰਾਵਾਂ ਨੇ ਬੜੇ ਯੋਗਦਾਨ ਪਾਏ ਸਾਡੇ ਪ੍ਰਬੰਧਕ ਨੇ 1100 ਰੁਪਈਆ ਸੁੱਖ ਲੈਣ ਨਾਲ ਪਲਵਿੰਦਰ ਮਾਨ ਦੇ ਰਾਜੂ ਮਾਨ ਵਾਲੇ ਜੋ ਜਿੱਤ ਗਈ ਵਾਹੋ ਨਿਸ਼ਕਰਾ ਵਾਹੋ ਕਿਸਵਦਿਆ ਪਲੀਆ ਰਿੱਧੀ ਖੀਰ ਤੇ ਬਣ ਗਿਆ ਗਲੀਆ ਲਓ ਕਬੱਡੀ ਦੇ ਮੈਦਾਨ ਦੇ ਵਿੱਚ ਮੈਚ ਦਾ ਸਿਰੇ ਦਾ ਰਮਣਾ ਕਬੱਡੀ ਪਾ ਰਿਹਾ ਹੈ ਸਰਦਾਰ ਸਵਰਨਜੀਤ ਸਿੰਘ ਜੀ ਸਰਪੰਚ ਕਾਕਾ ਯਾਰ ਸਾਹਿਬ ਜਿਨ੍ਹਾਂ ਵੱਲੋਂ 26,000 ਦੇ ਵੱਲੋਂ ਯੋਗਦਾਨ ਪੁੱਜੇ ਆ ਸੱਚੇ ਚਾਈ ਸ਼ਸ਼ ਕਰਦੀ ਕਲਾ ਰੱਖੇ ਤੇ ਰੰਗਰੇ ਦੀ ਤਾਰੀਫੇ ਕਬੱਡੀ ਸਾਰੇ ਭਰਾਵਾਂ ਦਾ ਆਪਾਂ ਸਮੇਂ ਦੇ ਨਾਲ ਜ਼ਰੂਰ ਜ਼ਿਕਰ ਕਰਾਂਗੇ ਕਿਉਂਕਿ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਹੈ ਅੱਗੇ ਦੇਖੋ ਸਾਡੇ ਹਰਜਾ ਪਾਸੇ ਵਾਹ ਵਾਹ ਕਹਿੰਦੇ ਨਾਇਦਾ ਕਾਲੇ ਕਹਿੰਦੇ ਕਨਿਆਣੇ ਵਾਲਾ ਗੱਭਰੂ ਕਬੱਡੀ ਦੇ ਗ੍ਰਾਊਂਡ ਤੇ ਲਾ ਦਿੱਤੇ ਉਧਰਲੇ ਬੰਨੇ ਸੁੱਖਾ ਸ਼ਾਹ ਜੀ ਇੰਦਰਜੀਤ ਸਿੰਘ ਜੀ ਸਾਬਕਾ ਸਰਪੰਚ ਤੇ ਮਾਤਰ ਹਰਜੀਤ ਜੀ ਤੇ ਸਾਡੇ ਇੰਦਰਜੀਤ ਸ਼ਾਹ ਜੀ ਵੱਡੇ ਮਾਨ ਸਨਮਾਨ ਤੇ ਕਰਦੇ ਆ ਬਹੁਤ ਬਹੁਤ ਧੰਨਵਾਦ ਕਿਹੜਾ ਬਰਾਬਰ ਦਾ ਜੱਫਾ ਲਾਊਗਾ ਜਲਾਲਾਬਾਦੀਆਂ ਉਹਨਾਂ ਨੇ ਢੋਡਾ ਢਾਇਆ ਤੁਸੀਂ ਭਾਵੇਂ ਸਵਾਦ ਫਿਰ ਆਉਂਦਾ ਲੈ ਵੀ ਛਿੰਦੇ ਤੇ ਸੱਤੇ ਨਾਲ ਟੱਕਰ ਹੋ ਗਈ ਆ ਖੁੱਚ ਕੱਟੀ ਗਈ ਆ ਆ ਜਾਂਦਾ ਮੁੰਡਾ ਦਵਾਬੇ ਵਾਲਾ ਛੋਕਦਾ ਕਹਿੰਦੇ ਮਾਲਵੇ ਦੀ ਧਰਤੀ ਦਾ ਕਬਰ ਕਹਿੰਦੇ ਜ਼ਿਲ੍ਹੇ ਲੁਧਿਆਣੇ ਦੀ ਗੱਲ ਆ ਬੇਕਾਬੂ ਭੀੜ ਉੱਥੇ ਬੇਕਾਬੂ ਲਾਣਾ ਲੁਧਿਆਣੇ ਦਾ ਨਾਮ ਬਦਲ ਕੇ ਰੱਖ ਦਿਓ ਹਰ ਮੋੜ ਤੇ ਠੇਕਾ ਉੱਥੇ ਹਰ ਮੋੜ ਤੇ ਥਾਣਾ ਆਉਂਦੀ ਜਾਂਦੀ ਤੁਹਾਨੂੰ ਪਿੰਡ ਕਹਿੰਦੇ ਕਿਸ਼ਨ ਖੇਤਰ ਜਾਣਾ ਚਿੱਬਰਾਂ ਦੀ ਚਟਨੀ ਨਾ ਯਾਰ ਖਵਾੜ ਕੇ ਦੁਪਹਿਰ ਦਾ ਖਾਣਾ ਚਿੱਬਰਾਂ ਦੀ ਚਟਨੀ ਨਾ ਯਾਰ ਖਵਾੜ ਕੇ ਦੁਪਹਿਰ ਦਾ ਖਾਣਾ ਆ ਵੀ ਸੰਦੀਪ ਕਬੱਡੀ ਅਗਰ ਅਸੀਂ ਵਿਸ਼ੇਸ਼ ਧੰਨਵਾਦ ਕਰਾਂਗੇ ਸਰਦਾਰ ਗੁਰਮੇਲ ਸਿੰਘ ਜੀ ਕੈਨੇਡਾ ਜਿਨ੍ਹਾਂ ਵੱਲੋਂ 26,000 ਦਾ ਵੱਡਾ ਯੋਗਦਾਨ ਹੈ ਸਰਦਸੀ ਸਰਦਾਰ ਤਾਰਾ ਸਿੰਘ ਜੀ ਦੇ ਪਰਿਵਾਰ ਦਾ ਵੀ ਕਹਿੰਦੇ 26,000 ਦਾ ਵੱਡਾ ਯੋਗਦਾਨ ਹੈ ਉੱਥੇ ਸਰਦਾਰ ਕੁਲਵਿੰਦਰ ਸਿੰਘ ਜੀ ਮਾਨ ਕੈਨੇਡਾ 31,000 ਪੈਣਾ ਇਹ ਮੰਨਣਾ ਪੈਣਾ ਰੌਲਾ ਨਹੀਂ ਪਾਉਣਾ ਬਿਲਕੁਲ ਨਹੀਂ ਰੌਲਾ ਪਾਉਣਾ ਕੋਈ ਤਰੀਕ ਬੁਲਾਈ ਨਹੀਂ ਰੌਲਾ ਨਹੀਂ ਰੌਲਾ ਨਹੀਂ ਕਿਸੇ ਨੇ ਕਰਨਾ ਪਾਸੇ ਆ ਜਾਓ ਪਾਸੇ ਦੇ ਮੇਰੇ ਵੀ ਰਹਿ ਤਾਂ ਕਹਿ ਰਹੇ ਨਹੀਂ ਕਰਨਾ ਅਗਰ ਆ ਗਈ ਸਾਡੇ ਪੰਜਾਬ ਪੁਲਿਸ ਅਸੀਂ ਟੀਮ ਸਗਰਾਜ ਕਰ ਦੇਣੀ ਮੇਰੇ ਵੀਰ ਫੇਰਾ ਕੇ ਜੇ ਰਾਹੀ ਨੇ ਕੋਈ ਗੱਲ ਫੋਨ ਕੀਤੀ ਤਾਂ ਤੁਸੀਂ ਟੀਮ ਸਗਰਾਜ ਕਰ ਦੇਣੀ ਮੇਰੇ ਪਾਸੇ ਆ ਜਾਓ ਪਾਸੇ ਮੇਰੇ ਵੀਰ ਦਰਸ਼ਕ ਵੀਰੋ ਤੁਸੀਂ ਨਹੀਂ ਬੋਲਣਾ ਕੋਈ ਤਰੀਕਬਾਜ਼ੀ ਨਹੀਂ ਕੋਈ ਗੱਲ ਬਾਤ ਨਹੀਂ ਜੇ ਕੋਈ ਰੈਫਰੀ ਦਾ ਫੈਸਲਾ ਤੇ ਕਮੇਟੀ ਦਾ ਫੈਸਲਾ ਮੰਨਣਾ ਪੈਣਾ ਏ ਰੌਲਾ ਨੇ ਰੌਲਾ ਨੇ ਮਨੀ ਧੂੜ ਵਾਲਾ ਫਿਰ ਪਿੱਛੇ ਆ ਜਾ ਕਮੇਟੀ ਰੈਫਰੀ ਦਾ ਫੈਸਲਾ ਤੇ ਕਮੇਟੀ ਦਾ ਫੈਸਲਾ